ਤਦ ਦੱਸਦੇ ਕਿ ਇੱਕ ਸਕੂਟੀ ਤੇ ਜਾ ਰਹੇ ਬਜ਼ੁਰਗ ਨੂੰ ਇੱਕ ਮਰਸੀਡੀਜ਼ ਕਾਰ ਨੇ ਟੱਕਰ ਮਾਰੀ ਹੈ ਜਿੱਥੇ ਬਜ਼ੁਰਗ ਸਵੇਰ ਦੇ ਸਮੇਂ ਯੋਗਾ ਕਰਨ ਜਾ ਰਿਹਾ ਸੀ ਤਾਂ ਦੱਸਦੇ ਕਿ ਸਵੇਰੇ 5 ਵਜੇ ਦਾ ਸਮਾਂ ਸੀ ਜਦ ਸਕੂਟੀ ਤੇ ਸਵਾਰ ਹੋ ਕੇ ਬਜ਼ੁਰਗ ਯੋਗਾ ਕਰਨ ਦੇ ਲਈ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਜਦ ਇਹ ਸੜਕ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਇਸ ਨੂੰ ਭਿਆਨਕ ਟੱਕਰ ਮਾਰ ਦਿੱਤੀ ਤਾਂ ਦੱਸਦੇ ਕਿ ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਦੀ ਉਮਰ 58 ਸਾਲ ਸੀ ਇਸ ਸੰਬੰਧੀ ਹੁਣ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਆ ਤਾਂ ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਸੜਕ ਹਾਦਸਾ ਹੋਇਆ ਸੀ ਤਾਂ ਦੱਸਦੇ ਕਿ ਇਹ ਗੁਰੂਗ੍ਰਾਮ ਦੇ ਵਿੱਚ ਇਹ ਭਿਆਨਕ ਟੱਕਰ ਹੋਈ ਹੈ ਜਿੱਥੇ ਇੱਕ ਬਜ਼ੁਰਗ ਸਵੇਰ ਦੇ ਸਮੇਂ ਸਕੂਟੀ ਤੇ ਸਵਾਰ ਹੋ ਕੇ ਯੋਗਾ ਕਰਨ ਦੇ ਲਈ ਜਾਂਦਾ ਹੈ ਪਰ ਰਸਤੇ ਦੇ ਵਿੱਚ ਮਰਸੀਡੀਜ਼ ਕਾਰ ਉਸ ਨੂੰ ਭਿਆਨਕ ਟੱਕਰ ਮਾਰ ਦਿੰਦੀ ਹੈ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਹੋਇਆ ਜਦ ਸਕੂਟੀ ਤੇ ਸਵਾਰ ਬਜ਼ੁਰਗ ਰੋਡ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਤੋਂ ਇਹ ਮਰਸੀਡੀਜ਼ ਕਾਰ ਬੜੀ ਤੇਜ਼ੀ ਦੇ ਨਾਲ ਆਉਂਦੀ ਹੈ ਤਾਂ ਭਿਆਨਕ ਇਸ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਕਈ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮਿਲੀ ਜਾਣਕਾਰੀ ਅਨੁਸਾਰ ਟੱਕਰ ਤੋਂ ਬਾਅਦ ਗੰਭੀਰ ਜ਼ਖਮੀ ਹੋਇਆ ਸੀ ਇਹ ਬਜ਼ੁਰਗ ਤਾਂ ਦੱਸਦੇ ਕਿ ਸਵੇਰੇ 5 ਵਜੇ ਦੇ ਸਮੇ ਇਹ ਵੱਡਾ ਭਿਆਨਕ ਹਾਦਸਾ ਹੋਇਆ